ਜਿਹੜਾ ਸੁੱਚਾ ਲੰਗਾਹ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਬਕਾ ਮਿਨਿਸਟਰ ਵੀ ਹੈ, ਜਦੋਂ ਉਹਨਾਂ ਦੀ ਸਰਕਾਰ ਸਾਹਿਬ ਤੋਂ ਖੇਤੀਬਾੜੀ ਮਿਨਿਸਟਰ ਵੀ ਰਿਹਾ, MLA ਰਿਹਾ, ਸ਼੍ਰੋਮਣੀ ਕਮੇਟੀ ਮੈਂਬਰ ਵੀ ਰਿਹਾ। ਔਰ ਉਸਨੇ ਜਿਹੜਾ ਕੁਕਰਮ ਕੀਤਾ ਉਹਦੀ ਵੀਡੀਓ ਵਾਇਰਲ ਹੋਈ ਸੀ, ਉਹਦੇ 'ਤੇ ਪਰਚਾ ਦਰਜ ਹੋਇਆ, ਉਹਦੀ ਗ੍ਰਿਫਤਾਰੀ ਹੋਈ, ਜੇਲ੍ਹ ਗਿਆ। ਪਰ ਜਿਹੜੀ ਕੰਪਲੇਂਟਰ ਬੀਬੀ ਸੀ ਉਹ ਪਤਾ ਨਹੀਂ ਕਿਸ ਦਬਾਅ 'ਚ ਆਈ, ਲਾਲਚ 'ਚ ਆਈ, ਕੀ ਸਮਝੌਤਾ ਹੋਇਆ, ਉਹਨੇ ਕੰਪਲੇਂਟ ਜਿਹੜੀ ਕਰਨ ਵਾਲੀ ਸੀ ਉਹ ਸੁੱਚੇ ਲੰਗਾਹ ਦੇ ਹੱਕ 'ਚ ਭੁਗਤ ਗਈ। ਇਲਾਕੇ ਦੇ ਸਿੰਘ ਦੱਸਦੇ ਕਿ ਉਹਦਾ ਦਫ਼ਤਰ ਇਹੋ ਜਿਹੇ ਕੁਕਰਮਾਂ ਦਾ ਅੱਡਾ ਹੀ ਆ ਉਹਦਾ, ਉਹਨੇ ਮਾੜੇ ਕਰਮ ਸਾਰੇ ਉੱਥੇ ਕਰਦਾ। ਜਗਦੀਸ਼ ਸਿੰਘ ਝਿੰਡਾ ਵੱਲੋਂ ਤੁਹਾਡੇ ਪ੍ਰਧਾਨ ਬਣਨ ਦੇ ਉੱਤੇ ਇਤਰਾਜ਼ ਖੜੇ ਕੀਤੇ ਗਏ, ਉਹ ਕੀ ਮਾਮਲਾ ਹੈ? ਰਜਿਸਟਰ ਜਿਹੜਾ ਦਫ਼ਤਰ 'ਚ ਹੁੰਦਾ ਉਹਦੇ 'ਚ ਕਾਰਵਾਈ ਪਾਈ ਗਈ, ਜਗਦੀਸ਼ ਸਿੰਘ ਝਿੰਡਾ ਦੇ ਦਸਖਤ ਨੇ। 5-7 ਦਿਨ ਉਹ ਬਿਲਕੁਲ ਖਾਮੋਸ਼ ਰਹੇ ਆ। 5-7 ਦਿਨਾਂ ਬਾਅਦ ਬਾਦਲ ਪਰਿਵਾਰ ਦੇ ਜਿਹੜੇ ਨਜ਼ਦੀਕੀ ਨੁਮਾਇੰਦੇ ਆ ਹਰਿਆਣੇ 'ਚ, ਤਾਂ ਉਹਨਾਂ ਦੇ ਸੰਪਰਕ 'ਚ ਜਦੋਂ ਉਹਨਾਂ ਦੇ ਅਸਥਾਨ 'ਤੇ ਡੇਰੇ 'ਤੇ ਆਏ ਝਿੰਡਾ ਸਾਹਿਬ ਆਪਣੇ ਸਾਥੀਆਂ ਨਾਲ, ਅਤੇ ਉਦੋਂ ਬਾਅਦ 'ਚ ਉਹਨਾਂ ਨੇ ਇੱਦਾਂ ਦਾ ਇਤਰਾਜ਼ ਜਿਹੜਾ ਉਠਾਇਆ। ਅਸੀਂ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਨਹੀਂ ਥਾਪਿਆ। ਜਿਹੜਾ ਬਾਅਦ ਵਿੱਚ 3 ਦਿਨਾਂ ਬਾਅਦ ਜਦੋਂ ਰਿਕਾਰਡ ਸਾਹਮਣੇ ਆ ਗਿਆ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਤਾਂ ਫਿਰ ਉਹਨਾਂ ਨੇ ਆਪਣਾ ਬਿਆਨ ਝਿੰਡਾ ਸਾਹਿਬ ਨੇ ਵਾਪਸ ਲੈ ਲਿਆ ਕਿ ਨਹੀਂ ਉਹਨਾਂ ਨੂੰ ਥਾਪਿਆ ਗਿਆ ਵਾ। ਮੈਨੂੰ ਫੋਨ ਦਿਖਾਏ ਗਿਆ, ਦੇਖੋ ਜੀ ਬਾਦਲਾਂ ਦੀ ਕਮੇਟੀ ਦੇ ਮੈਂਬਰ ਦਾ ਸਾਨੂੰ 9 ਵਜੇ ਫੋਨ ਆਇਆ, ਉਹ ਰੋਕ ਰਹੇ ਸੀਗੇ ਤੁਸੀਂ ਅੱਜ ਦੀ ਮੀਟਿੰਗ 'ਚ ਨਾ ਜਾਓ। 4 ਮੈਂਬਰਾਂ ਨੇ ਮੈਨੂੰ ਆਪਣਾ ਜਿਹੜੇ ਫੋਨ ਸੀ ਉਹ ਮੈਨੂੰ ਦਿਖਾਏ। ਮੇਰਾ ਬੜਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ। ਬਾਦਲ ਸਰਕਾਰ 10 ਸਾਲਾਂ 'ਚ ਮੇਰੀ ਜ਼ਮਾਨਤ ਵੀ 57 ਦੀ ਹਾਈ ਕੋਰਟ 'ਚੋਂ ਜਾ ਕੇ ਹੁੰਦੀ ਸੀ। ਮੈਨੂੰ ਬਾਦਲਾਂ ਦੇ ਰਾਜ 'ਚ ਇੱਥੇ ਥਾਣੇ 'ਚ 57 ਦੀ ਜ਼ਮਾਨਤ ਹੋ ਜਾਂਦੀ ਹੈ, ਪਰ ਮੈਨੂੰ ਨਾ ਥਾਣਾ, ਨਾ ਨਾਇਬ ਤਹਿਸੀਲਦਾਰ, ਨਾ ਤਹਿਸੀਲਦਾਰ, ਨਾ SDM, ਨਾ DC, ਨਾ ਡਿਸਟ੍ਰਿਕਟ ਕੋਰਟ। ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਿੱਖਇਜ਼ਮ TV ਦੀ ਖਾਸ ਪੇਸ਼ਕਸ਼ ਪ੍ਰੋਗਰਾਮ ਸਿੱਧੀ ਗੱਲਬਾਤ ਦੇ ਵਿੱਚ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਜੀ ਦਾਦੂਵਾਲ, ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੱਲੋਂ ਵੀ ਸੇਵਾਵਾਂ ਸੌਂਪੀਆਂ ਗਈਆਂ ਨੇ ਸਿੱਖ ਸੰਗਤਾਂ ਵੱਲੋਂ। ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਜਥੇਦਾਰ ਜੀ ਦਾ ਸਿੱਖਇਜ਼ਮ TV 'ਤੇ ਸਵਾਗਤ ਕਰਦੇ ਹਾਂ ਜੀ। ਜਥੇਦਾਰ ਜੀ, ਸਿੱਖਇਜ਼ਮ TV 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਤੁਹਾਡਾ ਭਾਈ ਗੁਰਮੀਤ ਸਿੰਘ ਖਾਲਸਾ ਜੀ ਔਰ ਸਾਰੇ ਸਰੋਤਿਆਂ ਦਾ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਜੀ, ਤੁਹਾਨੂੰ ਪਹਿਲਾਂ ਤੋਂ ਸਰਬੱਤ ਖਾਲਸਾ ਵੱਲੋਂ ਸਿੱਖ ਕੌਮ ਨੇ ਵੱਡੀਆਂ ਸੇਵਾਵਾਂ ਸੌਂਪੀਆਂ ਨੇ, ਉਸ ਤੋਂ ਬਾਅਦ ਹਰਿਆਣਾ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ 'ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਸੌਂਪੀ ਗਈ ਹੈ, ਹਰਿਆਣਾ ਦੇ ਵਿੱਚ ਤੁਹਾਡੀਆਂ ਹਰਿਆਣਾ ਕਮੇਟੀ ਵੱਲੋਂ ਕੀ ਕੁਛ ਜਿਹੜੀਆਂ ਮੁੱਖ ਸੇਵਾਵਾਂ ਰਹਿਣਗੀਆਂ? ਦੇਖੋ ਭਾਈ ਗੁਰਮੀਤ ਸਿੰਘ ਜੀ, ਬਚਪਨ 'ਚ ਜਦੋਂ ਮੈਂ ਸਕੂਲੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਦਮਦਮੀ ਟਕਸਾਲ 'ਚ ਸਾਲਾਂ ਬੱਧੀ ਰਹਿ ਕੇ ਵਿੱਦਿਆ ਪ੍ਰਾਪਤ ਕਰਨ ਦਾ ਸਮਾਂ ਮਿਲਿਆ। ਦਮਦਮੀ ਟਕਸਾਲ ਦੀ ਵਿੱਦਿਆ ਤੋਂ ਬਾਅਦ ਇਸ ਇਲਾਕੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ, ਜੋ ਡਿਸਟ੍ਰਿਕਟ ਸਿਰਸਾ ਹਰਿਆਣਾ 'ਚ ਪੈਂਦਾ, ਸੋ ਇੱਥੇ ਆ ਕੇ ਜਿਹੜਾ ਸੀਗਾ ਧਰਮ ਪ੍ਰਚਾਰ ਦੀ ਸ਼ੁਰੂਆਤ 1996-97 'ਚ ਕੀਤੀ ਆ। ਹਰਿਆਣੇ 'ਚੋਂ ਪੰਜਾਬ, ਰਾਜਸਥਾਨ, ਉੱਤਰਾਖੰਡ, UP, ਦਿੱਲੀ ਔਰ ਤਕਰੀਬਨ 20-25 ਮੁਲਕਾਂ 'ਚ, ਵਿਦੇਸ਼ਾਂ 'ਚ ਵੀ ਜਾ ਕੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਨਿਭਾਈਆਂ ਨੇ। ਸੰਗਤਾਂ ਨੇ ਬੜਾ ਸਹਿਯੋਗ ਦਿੱਤਾ, ਪਿਆਰ ਸਤਿਕਾਰ ਰਿਹਾ, ਪੰਥਕ ਸੰਘਰਸ਼ਾਂ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਸਮਝਦੇ, ਫਰਜ਼ ਸਮਝਦੇ ਹਿੱਸਾ ਪਾਇਆ। ਅਨੇਕਾਂ ਵਾਰ ਜੇਲ੍ਹਾਂ ਕੱਟਣੀਆਂ ਪਈਆਂ, ਝੂਠੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ। ਡੇਰੇ ਸਰਸਾ ਮੁਖੀ ਪਖੰਡੀ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਫੈਸਲਾ ਕੁੰਨ ਲੜਾਈ ਲੜੀ ਆ, ਅੱਜ ਉਹ ਆਪਣੇ ਕੀਤੇ ਕੁਕਰਮਾਂ ਦੀ ਸਜ਼ਾ ਸੁਨਾਰੀਆ ਦੀ ਜੇਲ੍ਹ ਵਿੱਚ ਬੈਠਾ ਭੁਗਤ ਰਿਹਾ, ਜਿਨ੍ਹਾਂ ਆਪਣੇ ਪੈਰੋਕਾਰਾਂ ਨਾਲ ਹੀ ਕੁਕਰਮ ਅਤੇ ਕਤਲ ਕੀਤੇ ਜਿਨ੍ਹਾਂ ਦੇ, ਔਰ ਕਿੰਨੇ ਕੇਸ ਉਹਦੇ 'ਤੇ ਪੈਂਡਿੰਗ ਆ, ਔਰ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਵੀ ਜਿਹਨੂੰ ਪੰਜਾਬ ਪੁਲਿਸ ਨੇ ਨਾਮਜ਼ਦ ਕੀਤਾ। ਸੋ ਇਸ ਤਰ੍ਹਾਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਧਰਮ ਪ੍ਰਚਾਰ ਔਰ ਪ੍ਰਸਾਰ ਦੀਆਂ ਸਾਡੀਆਂ ਪਖੰਡਵਾਦ ਦੇ ਖਿਲਾਫ਼, ਉਦੋਂ ਹੀ ਸਰਬੱਤ ਖਾਲਸਾ ਦੇ ਵਿੱਚ ਤੱਕ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਪੰਥ ਵੱਲੋਂ ਲਾਈ ਗਈ ਲੱਖਾਂ ਦੇ ਇਕੱਠ ਵਿੱਚ ਉਹ ਸੇਵਾਵਾਂ ਵੀ ਕਰ ਰਹੇ ਹਾਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 'ਚ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਬਕਾਇਦਾ ਹਰਿਆਣਾ ਸਰਕਾਰ ਨੇ ਬਣਾਈ, ਉਹਦਾ ਵੀ 6 ਸਾਲ ਐਗਜ਼ੈਕਟਿਵ ਮੈਂਬਰ ਚੱਲਿਆ ਆ ਰਿਹਾ। ਹੁਣ ਬਹੁਮਤ ਜਰਨਲ ਹਾਊਸ ਜਿਹੜਾ ਸੀਗਾ ਸਾਰਾ ਆਪਣਾ 13 ਜੁਲਾਈ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਵੱਲੋਂ ਪਹਿਲੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰਕੇ ਅਤੇ ਸਰਬਸੰਮਤੀ ਨਾਲ ਨਿਰਵਿਵਾਦ ਨਿਰਵਿਰੋਧ ਮੈਨੂੰ ਕਾਰਜਕਾਰੀ ਸੇਵਾਵਾਂ ਜਿਹੜੀਆਂ ਮੇਰੇ ਨਾ ਕਰਨ ਦੇ ਬਾਵਜੂਦ ਵੀ ਸੌਂਪੀਆਂ ਸਾਰੇ ਮੈਂਬਰ ਸਾਹਿਬਾਨਾਂ ਨੇ, ਉਹਨਾਂ ਦੇ ਹੁਕਮ ਨੂੰ ਮੰਨਦੇ ਮੈਂ ਸੇਵਾਵਾਂ ਨਿਭਾਉਣ ਲਈ ਤਿਆਰ ਹੋਇਆ। ਸੋ ਮੇਰਾ ਵਿਜ਼ਨ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਟੇਟਸ ਕੋ ਹੋਇਆ ਸੁਪਰੀਮ ਕੋਰਟ ਦੇ ਵਿੱਚ, ਹਰਿਆਣਾ ਕਮੇਟੀ ਕੋਲ 5 ਕੁ ਗੁਰਦੁਆਰਿਆਂ ਦੀ ਸੇਵਾ, ਬਾਕੀ ਸਾਰੇ SGPC ਦੇ ਕੋਲ ਆ,
ਕਿ ਹਰਿਆਣੇ ਦੇ ਸਿੱਖਾਂ ਨੂੰ ਵੀ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਕਰਨ ਦਾ ਪੂਰਾ ਹੱਕ ਆ, ਧਰਮ ਪ੍ਰਚਾਰ ਦਾ ਪੂਰਾ ਹੱਕ ਆ। ਔਰ ਇਸ ਵਾਸਤੇ ਸਭ ਤੋਂ ਪਹਿਲਾਂ ਤਾਂ ਹਰਿਆਣਾ ਸਰਕਾਰ, ਮਾਣਯੋਗ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ, ਔਰ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ, ਹੋਮ ਮਿਨਿਸਟਰ ਜਿਹੜੇ ਗ੍ਰਹਿ ਮੰਤਰੀ ਨੇ ਸ਼੍ਰੀ ਅਮਿਤ ਸ਼ਾਹ ਜੀ, ਉਹਨਾਂ ਦੇ ਕੋਲ ਅਸੀਂ ਹਰਿਆਣਾ ਕਮੇਟੀ ਦਾ ਇੱਕ ਵਫਦ ਜਿਹੜਾ ਉਹ ਭੇਜਾਂਗੇ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਆਪਣਾ ਐਫੀਡੇਵਿਟ ਸੁਪਰੀਮ ਕੋਰਟ 'ਚ ਦਿੱਤਾ, ਇਸੇ ਤਰ੍ਹਾਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੀ ਜਿਹੜਾ ਆਪਣਾ ਐਫੀਡੇਵਿਟ ਦੇਵੇ ਤਾਂ ਕਿ ਹਰਿਆਣਾ ਕਮੇਟੀ ਜਿਹੜੀ ਆ ਉਹ ਇੰਡੀਪੈਂਡੈਂਟ ਤੌਰ 'ਤੇ ਹੋਂਦ ਵਿੱਚ ਆਵੇ ਅਤੇ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਸੇਵਾ ਸੰਭਾਲ ਜਿਹੜਾ ਉਹ ਹਰਿਆਣਾ ਕਮੇਟੀ ਸੰਭਾਲੇ। ਇਸ ਦੇ ਨਾਲ ਹੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ, ਦੂਸਰਾ ਪੰਜ ਗੁਰਦੁਆਰੇ ਨੇ, ਪੰਜਾਂ ਗੁਰਦੁਆਰਿਆਂ 'ਚ ਆ ਕਰੋਨਾ ਮਹਾਂਮਾਰੀ ਦਾ ਖਾਤਮਾ ਹੋ ਜਾਂਦਾ ਤਾਂ ਵੱਡੇ ਕੀਰਤਨ ਦਰਬਾਰ, ਅੰਮ੍ਰਿਤ ਸੰਚਾਰ ਔਰ ਜਿੰਨੇ ਮੈਂਬਰ ਨੇ ਸਾਰਿਆਂ ਦੇ ਹਲਕਿਆਂ ਦੇ ਵਿੱਚ ਕੀਰਤਨ ਦਰਬਾਰ, ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ, ਨਾਲ ਹੀ ਜਿਹੜਾ ਹੈ ਆਪਣਾ ਇੱਕ ਹਰਿਆਣਾ ਕਮੇਟੀ ਦਾ ਵੱਖਰਾ ਕੈਲੰਡਰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਔਰ ਇੱਕ ਮੰਥਲੀ ਮੈਗਜ਼ੀਨ, ਔਰ ਜਿਹੜਾ ਸਾਰਾ ਜੋ ਬਜਟ ਹੈ ਉਹਨੂੰ ਪਾਰਦਰਸ਼ੀ ਤਰੀਕੇ ਨਾਲ ਸਾਰਾ ਖਰਚ ਆਮਦਨ ਜੋ ਵਾ ਉਹ ਦਫ਼ਤਰ ਦੇ ਬਾਹਰ ਲਾਇਆ ਜਾਵੇ, ਸਾਰਾ ਜੋ ਕੁਛ ਵੀ ਸੰਗਤਾਂ ਸੇਵਾ ਕਰਦੀਆਂ ਜੋ ਖਰਚ ਹੁੰਦਾ ਸਾਰਾ ਪਾਰਦਰਸ਼ੀ ਤਰੀਕੇ ਨਾਲ ਕਰਨ ਦਾ ਸਾਡਾ ਵਿਜ਼ਨ ਹੈ। ਇਸ ਦੇ ਨਾਲ ਹੀ ਕਿਉਂਕਿ ਮੈਂ ਬਹੁਤਾ ਸਮਾਂ ਨਹੀਂ ਦੇ ਸਕਿਆ ਪਿਛਲੇ ਸਮੇਂ ਦੇ ਅੰਦਰ, ਹੋਰ ਵੱਡੀਆਂ ਸੇਵਾਵਾਂ ਸੀਗੀਆਂ ਜੋ ਪ੍ਰਬੰਧਕ ਪ੍ਰਬੰਧ ਚਲਾ ਰਹੇ ਸਨ, ਚਲੋ ਜਿੱਦਾਂ ਵੀ ਉਹਨਾਂ ਨੇ ਚਲਾਇਆ ਧੰਨਵਾਦ ਆ, ਪਰ ਉਹ 6 ਸਾਲਾਂ ਦੇ ਵਿੱਚ 6 ਅੰਮ੍ਰਿਤ ਸੰਚਾਰ ਵੀ ਨਹੀਂ ਕਰ ਸਕੇ। 2 ਚੇਅਰਮੈਨ ਰਹੇ ਵੱਖ ਵੱਖ ਵਕਫਿਆਂ ਦੌਰਾਨ, ਧਰਮ ਪ੍ਰਚਾਰ ਦੇ ਲੱਖਾਂ ਰੁਪਈਆਂ ਦਾ ਬਜਟ ਧਰਮ ਪ੍ਰਚਾਰ ਦਾ ਹੁੰਦਾ, ਪਰ ਦੋਨੇ ਚੇਅਰਮੈਨ ਆਪਣੇ 6 ਸਾਲਾਂ 'ਚ 6 ਅੰਮ੍ਰਿਤ ਸੰਚਾਰ ਨਹੀਂ ਦਿਖਾ ਸਕਦੇ ਜਿਹੜੇ ਹਰਿਆਣਾ ਕਮੇਟੀ ਦੇ ਬੈਨਰ ਹੇਠ ਕੀਤੇ ਹੋਣ ਉਹਨਾਂ ਨੇ। ਪਰ ਇਹਨਾਂ ਗੱਲਾਂ ਨੂੰ ਦੇਖਦਿਆਂ ਮੈਂ ਸਮਝਦਾ ਕਿ ਹਰਿਆਣੇ ਦੇ ਸਿੱਖਾਂ ਨੇ ਜੋ ਮੈਂਬਰ ਸਾਹਿਬਾਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ, ਪਿਆਰ ਦਿੱਤਾ, ਸਤਿਕਾਰ ਦਿੱਤਾ, ਮਾਣ ਬਖਸ਼ਿਆ ਵਾ, ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਮੇਰਾ ਵਿਜ਼ਨ ਆ ਕਿ ਸਭ ਤੋਂ ਪਹਿਲਾਂ ਇੱਕ ਢਾਡੀ ਜਥਾ, ਜਿਵੇਂ ਕੁਝ ਢਾਡੀ ਜਥੇ, ਇੱਕ ਜਥਾ ਜਾਂ 2 ਜਥੇ, ਫਿਰ ਹੁਣ ਦੇ ਬਜਟ ਅਨੁਸਾਰ ਅਤੇ 5 ਪਿਆਰੇ ਸਾਹਿਬਾਨ ਵੀ ਉਹਨਾਂ ਦੀ ਭਰਤੀ ਕੀਤੀ ਜਾਵੇ ਜਿਹੜੇ ਸਿੰਘ ਪੰਜਾਂ 'ਚ ਡਿਊਟੀ ਨਿਭਾਉਣ, ਥਾਂ ਥਾਂ ਅੰਮ੍ਰਿਤ ਸੰਚਾਰ ਕੀਤਾ ਜਾਵੇ, ਢਾਡੀ ਦਰਬਾਰ, ਕੀਰਤਨ ਦਰਬਾਰ ਕੀਤੇ ਜਾਣ, ਇਹ ਮੇਰਾ ਵਿਜ਼ਨ ਹੈ। ਅਤੇ ਸਾਰੇ ਹਰਿਆਣੇ ਦੇ ਗੁਰਦੁਆਰਿਆਂ ਦੀ ਦੇਖ ਰੇਖ ਜਿਹੜੀ ਆ ਉਹ ਖੁਦ ਸਮਾਂ ਕੱਢ ਕੇ ਮੈਂ ਜਾ ਕੇ ਦੇਖੂੰ। ਸੰਗਤਾਂ 'ਚ ਬੜਾ ਉਤਸ਼ਾਹ, 13 ਜੁਲਾਈ ਤੋਂ ਜਦੋਂ ਦਾ ਮੈਨੂੰ ਅਨਾਊਂਸ ਕੀਤਾ ਜਰਨਲ ਹਾਊਸ ਨੇ, ਸੰਗਤਾਂ 'ਚ ਬੜਾ ਪਿਆਰ ਹੈ। ਅੱਜ ਤਾਂ ਹੀ ਇੱਥੇ ਸਿਰਸਾ ਸ਼ਹਿਰ ਦੇ ਵਿੱਚ ਵੀ ਜਿਨ੍ਹਾਂ ਹਰਿਆਣਾ ਕਮੇਟੀ ਬਣਾਉਣ ਲਈ ਸੰਘਰਸ਼ ਕੀਤਾ ਉਹ ਸਾਰੇ ਸਿੰਘ ਇੱਥੇ ਬਿਰਾਜਮਾਨ, ਜਿਨ੍ਹਾਂ ਨੇ ਅੱਜ ਸਨਮਾਨ ਕੀਤਾ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਸਿਰਸਾ, ਜਿੱਥੇ ਲੋਕਲ ਕਮੇਟੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ, ਇੱਥੇ ਸਰਦਾਰ ਜਗਤਾਰ ਸਿੰਘ ਤਾਰੀ, ਸਰਦਾਰ ਅਵਤਾਰ ਸਿੰਘ ਕਾਲਾਂ ਵਾਲੀ ਔਰ ਇਸੇ ਤਰ੍ਹਾਂ ਪ੍ਰਧਾਨ ਜੀ ਗੁਰਦੁਆਰਾ ਸਿੰਘ ਸਭਾ ਕਾਲਾਂ ਵਾਲੀ, ਗੁਰਦੁਆਰਾ ਸਿੰਘ ਸਭਾ ਐਲਣਾਬਾਦ ਦੇ ਪ੍ਰਧਾਨ ਗੁਰਪਾਲ ਸਿੰਘ ਗੋਰਾ ਔਰ ਸਰਦਾਰ ਜੀਤ ਸਿੰਘ ਖਾਲਸਾ, ਮੈਂਬਰ ਹਰਿਆਣਾ ਕਮੇਟੀ ਸਰਦਾਰ ਜਸਵੀਰ ਸਿੰਘ ਭਾਟੀ ਔਰ ਇਸ ਮੈਂਬਰ ਹਰਿਆਣਾ ਕਮੇਟੀ, ਔਰ ਇਸੇ ਤਰ੍ਹਾਂ ਸਰਦਾਰ ਗੁਰਚਰਨ ਸਿੰਘ ਸਿਰਸਾ, ਸਰਦਾਰ ਮਾਲਕ ਸਿੰਘ ਭਾਵਦੀਨ, ਸਰਦਾਰ ਸੁਖਦੇਵ ਸਿੰਘ ਕੰਗਣਪੁਰ, ਜਿਨ੍ਹਾਂ ਨੇ ਹਰਿਆਣਾ ਕਮੇਟੀ ਲਈ ਕੰਮ ਕੀਤਾ, ਐਡਵੋਕੇਟ ਜਰਨੈਲ ਸਿੰਘ ਬਰਾੜ, ਇਹ ਜਿਹੜੇ ਸਿਰਸੇ ਦੇ ਸਿੰਘ ਆ ਉਹਨਾਂ ਸਾਰਿਆਂ ਨੇ ਅੱਜ ਇੱਥੇ ਬੁਲਾ ਕੇ ਸਨਮਾਨ ਕੀਤਾ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜੋ ਉਹਨਾਂ ਨੇ ਮਾਣ ਸਨਮਾਨ ਬਖਸ਼ਿਆ ਅਤੇ ਇਸ ਵਾਸਤੇ ਸਾਰੇ ਸਹਿਯੋਗ ਦੇ ਰਹੇ ਆ ਕਿ ਉਹਨਾਂ ਨੂੰ ਆਸ ਬੱਝੀ ਆ ਕਿ ਇੱਥੇ ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ ਦੀ ਜਿਹੜੀ ਲਹਿਰ ਆ ਹੁਣ ਹਰਿਆਣੇ 'ਚ ਹੋਰ ਅੱਗੇ ਨਾਲੋਂ ਵੀ ਜ਼ਿਆਦਾ ਜਿਹੜੀ ਆ ਉਹ ਤੇਜ਼ ਹੋਊਗੀ। ਜਥੇਦਾਰ ਜੀ, ਹਰਿਆਣਾ ਕਮੇਟੀ ਦੇ ਜਰਨਲ ਹਾਊਸ ਵੱਲੋਂ ਤੁਹਾਨੂੰ ਸਰਬਸੰਮਤੀ ਦੇ ਨਾਲ ਜਿਹੜਾ ਹੈਗਾ ਉਹ ਪ੍ਰਧਾਨ ਚੁਣਿਆ ਗਿਆ, ਕਾਰਜਕਾਰੀ ਪ੍ਰਧਾਨ। ਉਸ ਤੋਂ ਬਾਅਦ ਉਸ ਮੀਟਿੰਗ ਦੇ ਵਿੱਚ ਜਿਹੜਾ ਜਗਦੀਸ਼ ਸਿੰਘ ਝਿੰਡਾ, ਸਾਬਕਾ ਪ੍ਰਧਾਨ, ਉਹ ਵੀ ਮੌਜੂਦ ਸੀਗੇ। ਉਸ ਤੋਂ ਬਾਅਦ ਜਗਦੀਸ਼ ਸਿੰਘ ਝਿੰਡਾ ਵੱਲੋਂ ਤੁਹਾਡੇ ਪ੍ਰਧਾਨ ਬਣਨ ਦੇ ਉੱਤੇ ਇਤਰਾਜ਼ ਖੜੇ ਕੀਤੇ ਗਏ, ਉਹ ਕੀ ਮਾਮਲਾ ਹੈ? ਦੇਖੋ, ਜਰਨਲ ਹਾਊਸ ਦੇ ਵਿੱਚ ਤਾਂ ਜਦੋਂ ਪ੍ਰਧਾਨਗੀ ਦਾ ਅਸਤੀਫਾ ਉਹਨਾਂ ਦਾ ਪ੍ਰਵਾਨ ਹੋਇਆ, ਉਹਨਾਂ ਨੇ ਪ੍ਰਧਾਨਗੀ ਦੀ ਕੁਰਸੀ ਛੱਡੀ, ਸਾਰੇ ਜਰਨਲ ਹਾਊਸ ਨੇ ਮੈਨੂੰ ਸਰੋਪੋ ਦਿੱਤਾ ਕਿ ਇਹਨਾਂ ਨੂੰ ਸਰੋਪੋ ਦਿੱਤਾ ਜਾਵੇ। ਅਸੀਂ ਸਨਮਾਨ ਨਾਲ ਵਿਦਾ ਕੀਤਾ, ਉਹਨਾਂ ਪ੍ਰਧਾਨਗੀ ਦੀ ਕੁਰਸੀ ਛੱਡ ਕੇ ਸਾਈਡ 'ਤੇ ਬੈਠੇ, ਫਿਰ ਸਾਰੇ ਜਰਨਲ ਹਾਊਸ ਨੇ ਵਿੱਚੇ ਸਰਦਾਰ ਜਗਦੀਸ਼ ਸਿੰਘ ਝਿੰਡਾ, ਉਹਨਾਂ ਨੇ ਮੈਨੂੰ ਸਾਰਿਆਂ ਨੇ ਧੱਕੇ ਦੇ ਨਾਲ, ਮੇਰੇ ਨਾਂਹ ਕਰਨ ਦੇ ਬਾਵਜੂਦ, ਸਾਰੇ ਮੈਂਬਰ ਗਵਾਹ ਨੇ ਇਸ ਗੱਲ ਦੇ ਕਿ ਮੈਨੂੰ ਉੱਥੇ ਮੇਰੇ ਨਾਂਹ ਕਰਨ ਦੇ ਬਾਵਜੂਦ ਵੀ ਬਿਠਾਇਆ, ਅਤੇ ਝਿੰਡਾ ਸਾਹਿਬ ਨੇ ਕਿਹਾ ਕਿ ਜੇ ਅੱਜ ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਤਾਂ ਆਪਾਂ ਇਹਨਾਂ ਦਾ ਸਨਮਾਨ ਕਰਨਾ। ਬਕਾਇਦਾ ਉਹਨਾਂ ਨੇ ਬਕਾਇਦਾ ਉਹ ਕਾਰਵਾਈ ਰਜਿਸਟਰ ਜਿਹੜਾ ਦਫ਼ਤਰ 'ਚ ਹੁੰਦਾ ਉਹਦੇ 'ਚ ਕਾਰਵਾਈ ਪਾਈ ਗਈ, ਜਗਦੀਸ਼ ਸਿੰਘ ਝਿੰਡਾ ਦੇ ਦਸਖਤ ਨੇ। 5-7 ਦਿਨ ਉਹ ਬਿਲਕੁਲ ਖਾਮੋਸ਼ ਰਹੇ ਆ। 5-7 ਦਿਨਾਂ ਬਾਅਦ ਬਾਦਲ ਪਰਿਵਾਰ ਦੇ ਜਿਹੜੇ ਨਜ਼ਦੀਕੀ ਨੁਮਾਇੰਦੇ ਆ ਹਰਿਆਣੇ 'ਚ ਅਤੇ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਹਿਲਾਂ ਨੋਮੀਨੇਟ ਹੋ ਗਏ ਸੀਗੇ, ਪਰ ਬਾਅਦ ਵਿੱਚ ਫਿਰ ਅੰਮ੍ਰਿਤਸਰ ਕਮੇਟੀ ਜਰਨਲ ਹਾਊਸ ਦੀ ਉਹਨਾਂ ਨੇ ਜਾ ਕੇ ਉਹਦੇ ਵਿੱਚ ਸਹੁੰ ਚੁੱਕ ਲਈ ਸੀ ਹਰਿਆਣਾ ਅੰਮ੍ਰਿਤਸਰ ਕਮੇਟੀ ਦੀ।
ਤਾਂ ਉਹਨਾਂ ਦੇ ਸੰਪਰਕ 'ਚ ਜਦੋਂ ਉਹਨਾਂ ਦੇ ਅਸਥਾਨ 'ਤੇ ਡੇਰੇ 'ਤੇ ਆਏ ਝਿੰਡਾ ਸਾਹਿਬ ਆਪਣੇ ਸਾਥੀਆਂ ਨਾਲ, ਅਤੇ ਉਦੋਂ ਬਾਅਦ 'ਚ ਉਹਨਾਂ ਨੇ ਇੱਦਾਂ ਦਾ ਇਤਰਾਜ਼ ਜਿਹੜਾ ਉਠਾਇਆ ਕਿ ਅਸੀਂ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਨਹੀਂ ਥਾਪਿਆ, ਜਿਹੜਾ ਬਾਅਦ ਵਿੱਚ 3 ਦਿਨਾਂ ਬਾਅਦ ਜਦੋਂ ਰਿਕਾਰਡ ਸਾਹਮਣੇ ਆ ਗਿਆ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਤਾਂ ਫਿਰ ਉਹਨਾਂ ਨੇ ਆਪਣਾ ਬਿਆਨ ਝਿੰਡਾ ਸਾਹਿਬ ਨੇ ਵਾਪਸ ਲੈ ਲਿਆ ਕਿ ਨਹੀਂ ਉਹਨਾਂ ਨੂੰ ਥਾਪਿਆ ਗਿਆ ਵਾ, ਅਤੇ ਮੇਰਾ ਬਿਆਨ ਤਰੋੜ ਮਰੋੜ ਕੇ ਪੇਸ਼ ਕੀਤਾ। ਮੈਨੂੰ ਜਿੱਥੋਂ ਤੱਕ ਲੱਗਿਆ ਕਿ ਮੇਰੇ ਇੱਥੇ ਸੇਵਾ ਸੰਭਾਲਣ 'ਤੇ ਜੋ ਹਰਿਆਣੇ ਦੇ ਮੈਂਬਰਾਂ ਨੇ ਮੈਨੂੰ ਕਮੇਟੀ ਦੇ ਮੈਂਬਰਾਂ ਸੇਵਾ ਸੰਭਾਲੀ ਆ, ਉਹਦੇ 'ਚ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਵਿਰੋਧ 'ਚ ਪਹਿਲਾਂ ਤੋਂ ਹੀ, ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਕੰਮ ਕੀਤਾ, ਉਹਨਾਂ ਦੇ ਕੁਕਰਮਾਂ ਦੇ ਖਿਲਾਫ, ਉਹ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ, ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਉਹਨਾਂ ਨੇ ਆਪਣੇ 10 ਸਾਲਾਂ ਦੇ ਰਾਜ 'ਚ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਇੰਨੇ ਮਾਫੀਆ ਉਹਨਾਂ ਨੇ ਫੈਲਾਏ ਆ, ਰੇਤ ਮਾਫੀਆ ਉਹਨਾਂ ਨੇ ਇੰਨਾ ਕੁਝ ਕੀਤਾ, ਗੁਰੂ ਘਰਾਂ ਦੇ ਪ੍ਰਬੰਧ 'ਤੇ ਕਬਜ਼ਾ ਕੀਤਾ ਹੋਇਆ, ਤਖਤਾਂ 'ਤੇ ਕਬਜ਼ਾ ਕੀਤਾ ਹੋਇਆ, ਸੌਦਾ ਸਾਧ ਦਾ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਹ ਮਾਫੀਨਾਮੇ 'ਚ ਬਦਲ ਦਿੱਤਾ, ਉਹਦੇ 'ਤੇ ਮੁਕੱਦਮਾ ਦਰਜ ਹੋਇਆ ਸੀ ਉਹ ਰੱਦ ਕਰਵਾ ਦਿੱਤਾ, ਤਾਂ ਉਹ ਨਹੀਂ ਚਾਹੁੰਦੇ। ਡੇਰਾ ਸਰਸਾ ਦਾ ਵੱਡਾ ਆਧਾਰ ਰਿਹਾ ਹਰਿਆਣੇ ਦੇ ਅੰਦਰ, ਡੇਰੇ ਸਰਸੇ ਦੇ ਪੈਰੋਕਾਰ ਨਹੀਂ ਚਾਹੁੰਦੇ ਕਿ ਬਲਜੀਤ ਸਿੰਘ ਦਾਦੂਵਾਲ ਇੱਥੇ ਗੁਰੂ ਘਰਾਂ ਦੀ ਮੁੱਖ ਸੇਵਾ ਨਿਭਾਵੇ, ਤਾਂ ਬਾਦਲ ਪਰਿਵਾਰ ਜਿਹੜਾ ਉਹ ਵੀ ਨਹੀਂ ਚਾਹੁੰਦਾ, ਉਹਨਾਂ ਦਾ ਜ਼ੋਰ ਲੱਗ ਗਿਆ। ਹੁਣ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਹਰਿਆਣਾ ਦੇ ਵਿੱਚ, ਇੱਦਾਂ ਮੈਂਬਰ ਜਿਹੜੇ ਹਰਿਆਣਾ ਕਮੇਟੀ ਦੇ ਵੀ ਰਹੇ ਅਤੇ ਉੱਧਰ ਜਾ ਕੇ ਸਹੁੰ ਚੱਕ ਗਏ, ਹੁਣ ਉਹਨਾਂ ਦਾ ਜ਼ੋਰ ਲੱਗਿਆ ਪਿਆ ਕਿ ਬਲਜੀਤ ਸਿੰਘ ਦਾਦੂਵਾਲ ਜਿਹੜੇ ਆ ਉਹ ਇੱਥੇ ਸੇਵਾ ਨਾ ਨਿਭਾਉਣ। ਅਤੇ ਇਹਦਾ ਸਬੂਤ ਮੈਨੂੰ ਮੈਂਬਰ ਸਾਹਿਬਾਨਾਂ ਨੇ ਆਪਣੇ ਫੋਨ ਦਿਖਾਏ 2 ਤਰੀਕ ਨੂੰ, ਜਦੋਂ ਅਸੀਂ ਮੀਟਿੰਗ ਗੁੱਲਾ ਚੀਕਾ ਜੋ ਹੈੱਡਕੁਆਟਰ ਹਰਿਆਣਾ ਕਮੇਟੀ ਦਾ ਗੁਰਦੁਆਰਾ ਪਾਸ ਆਈ 6ਵੀਂ ਅਤੇ 9ਵੀਂ, ਉਹਦੇ 'ਚ ਮੈਨੂੰ ਫੋਨ ਦਿਖਾਏ ਗਿਆ, ਦੇਖੋ ਜੀ ਬਾਦਲਾਂ ਦੀ ਕਮੇਟੀ ਦੇ ਮੈਂਬਰ ਦਾ ਸਾਨੂੰ 9 ਵਜੇ ਫੋਨ ਆਇਆ, ਉਹ ਰੋਕ ਰਹੇ ਸੀਗੇ ਤੁਸੀਂ ਅੱਜ ਦੀ ਮੀਟਿੰਗ 'ਚ ਨਾ ਜਾਓ। 4 ਮੈਂਬਰਾਂ ਨੇ ਮੈਨੂੰ ਆਪਣਾ ਜਿਹੜੇ ਫੋਨ ਸੀ ਉਹ ਮੈਨੂੰ ਦਿਖਾਏ, ਬਕਾਇਦਾ ਕੌਲਾਂ ਗਈਆਂ ਸੀਗੀਆਂ ਕਿ ਤੁਸੀਂ ਬਲਜੀਤ ਸਿੰਘ ਦਾਦੂਵਾਲ ਦੇ ਹੱਕ 'ਚ ਸਮਰਥਨ ਨਾ ਦਿਓ। ਸੋ ਮੈਨੂੰ ਲੱਗਦਾ, ਔਰ ਜਿਹੜੀ ਇੱਥੇ ਸਿੱਖ ਵਿਰੋਧੀ ਲੋਕ ਆ, ਡੇਰੇ ਸਰਸੇ ਦੇ ਪੈਰੋਕਾਰ ਆ, ਜਾਂ ਬਾਦਲ ਪਰਿਵਾਰ ਦੇ ਸੰਪਰਕ 'ਚ ਆ, ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਇਹ ਜਿਹੜਾ ਬਲਜੀਤ ਸਿੰਘ ਦਾਦੂਵਾਲ ਇਹ ਇਸ ਦੀ ਸੇਵਾ ਨਾ ਨਿਭਾਉਣ। ਮੈਨੂੰ ਪਹਿਲਾਂ ਵੀ ਉਹ ਜੇਲ੍ਹਾਂ 'ਚ ਡੱਕਦੇ ਰਹੇ, ਮੇਰਾ ਬੜਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ, ਬਾਦਲ ਸਰਕਾਰ 10 ਸਾਲਾਂ 'ਚ ਮੇਰੀ ਜ਼ਮਾਨਤ ਵੀ 57 ਦੀ ਹਾਈ ਕੋਰਟ 'ਚੋਂ ਜਾ ਕੇ ਹੁੰਦੀ ਸੀ, ਮੈਨੂੰ ਬਾਦਲਾਂ ਦੇ ਰਾਜ 'ਚ ਇੱਥੇ ਥਾਣੇ 'ਚ 57 ਦੀ ਜ਼ਮਾਨਤ ਹੋ ਜਾਂਦੀ ਹੈ, ਪਰ ਮੈਨੂੰ ਨਾ ਥਾਣਾ, ਨਾ ਨਾਇਬ ਤਹਿਸੀਲਦਾਰ, ਨਾ ਤਹਿਸੀਲਦਾਰ, ਨਾ SDM, ਨਾ DC, ਨਾ ਡਿਸਟ੍ਰਿਕਟ ਕੋਰਟ ਕੋਈ ਜ਼ਮਾਨਤ ਨਹੀਂ ਸੀ ਦਿੰਦਾ। ਮੈਂ ਪ੍ਰਚਾਰ ਕਰਦਾ ਸੀ ਸਰਸੇ ਦੇ ਖਿਲਾਫ, ਉਹਦੀ ਮਦਦ 'ਤੇ ਬਾਦਲ ਪਰਿਵਾਰ ਆਇਆ, ਤਾਂ ਉਹਨਾਂ ਨੇ ਮੈਨੂੰ ਜੇਲ੍ਹਾਂ 'ਚ ਡੱਕਿਆ, ਸਰਸੇ ਵਾਲੇ ਦੀ ਪੁਸਤ ਪੜ੍ਹਾਈ ਕੀਤੀ, ਜਿਹੜੇ ਅੱਜ ਬੇਅਦਬੀ ਦੇ ਦੋਸ਼ੀ ਸਰਸੇ ਵਾਲਾ ਨਾਮਜ਼ਦ ਵੀ ਹੋ ਗਿਆ। ਸੋ ਮੈਨੂੰ ਲੱਗਦਾ ਕਿ ਜਦੋਂ ਦੇ ਉਹ ਝਿੰਡਾ ਸਾਹਿਬ ਉਹਨਾਂ ਦੇ ਸੰਪਰਕ 'ਚ ਆਏ ਆ, ਉਦੋਂ ਤੋਂ ਇੱਦਾਂ ਦੀ ਬਿਆਨਬਾਜ਼ੀ ਕਰਨ ਲੱਗ ਗਏ, ਨਾਲੇ ਉਹਨਾਂ ਨੇ ਧੜਾ ਖੜਾ ਕਰ ਲਿਆ। ਪਹਿਲਾਂ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਬਣਾਇਆ, ਹੁਣ ਉਹ ਧੜਾ ਖੜਾ ਕਰਕੇ ਤੁਰ ਪਏ ਆ। ਪਰ ਚਲੋ ਇਹ ਤਾਂ ਮੈਂਬਰ ਸਾਹਿਬਾਨਾਂ ਨੇ ਦੇਖਣਾ ਸਾਰਿਆਂ ਨੇ ਕਿ ਕਿਸ ਤਰੀਕੇ ਨਾਲ ਅਸੀਂ ਕਿਹੜਾ ਵਿਜ਼ਨ ਲੈ ਕੇ ਚੱਲੇ ਹਾਂ ਹਰਿਆਣੇ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਦਾ। ਇਸ ਕਰਕੇ ਵੱਡਾ ਸਮਰਥਨ ਜਿਹੜਾ ਉਹ ਮੈਨੂੰ ਮੈਂਬਰ ਸਾਹਿਬਾਨਾਂ ਨੇ ਦਿੱਤਾ। 32 ਮੈਂਬਰ ਵੋਟ ਦਾ ਹੱਕ ਰੱਖਦੇ ਆ, ਹੁਣ 32 ਦੇ ਵਿੱਚੋਂ 19 ਮੈਂਬਰ ਮੇਰੇ ਹੱਕ 'ਚ ਸਮਰਥਨ ਦੇ ਚੁੱਕੇ ਆ, ਅਤੇ 2-4 ਹੋਰ ਆਉਣ ਦੀ ਸੰਭਾਵਨਾ, ਜਿਹੜੇ ਚਾਹੁੰਦੇ ਆ ਕਿ ਹਰਿਆਣੇ 'ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ, ਗੁਰੂ ਘਰਾਂ ਦੀ ਸੇਵਾ ਸੰਭਾਲ ਸਹੀ ਤਰੀਕਿਆਂ ਨਾਲ ਹੋਵੇ, ਜਿਨ੍ਹਾਂ ਨੇ ਬਿਆਨ ਵੀ ਜਾਰੀ ਕੀਤੇ ਆ ਕਿ ਪਿਛਲੇ ਸਮੇਂ 'ਚ ਪ੍ਰਬੰਧ ਸਹੀ ਨਹੀਂ ਚੱਲਿਆ, ਉਹਨਾਂ 13 ਦੇ ਵਿੱਚੋਂ ਵੀ ਜਿਨ੍ਹਾਂ ਬਿਆਨ ਜਾਰੀ ਕੀਤੇ ਆ ਉਹ ਵੀ ਮੈਂ ਸਮਝਦਾ ਨਾ ਖੁਸ਼ ਨੇ ਕਿ ਜੋ ਪਿਛਲੇ ਸਮੇਂ 'ਚ ਹੋਇਆ, ਅਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਹੁਣ ਜਿਹੜੀ ਆ ਕੁਝ ਵਿਜ਼ਨ ਲੈ ਕੇ ਚੱਲਿਆ ਜਾਵੇ। ਪਰ ਇਹਦੇ 'ਚ ਰੁਕਾਵਟ ਵੱਡੀ ਜਿਹੜੀ ਆ ਬਾਦਲ ਪਰਿਵਾਰ ਖੜ੍ਹਾ ਕਰ ਰਿਹਾ, ਉਹਨਾਂ ਦੇ ਨੁਮਾਇੰਦੇ ਖੜ੍ਹੇ ਕਰ ਰਹੇ ਆ, ਜਾਂ ਉਹਨਾਂ ਦੇ ਜਿਹੜੇ ਭਾਈਵਾਲ ਇੱਥੇ ਸਾਬਕਾ ਸਰਕਾਰਾਂ ਦੇ ਕੁਝ ਮੰਤਰੀ MLA ਆ, ਜਿਨ੍ਹਾਂ ਦਾ ਜ਼ੋਰ ਲੱਗਿਆ ਪਿਆ ਵਾ। ਤਾਂ ਹੀ ਅਸੀਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਆ ਕਿ ਉਹ ਕਾਨੂੰਨੀ ਵਿਵਸਥਾ ਬਣਾ ਕੇ 13 ਤਰੀਕ ਨੂੰ ਵਿਦਆਊਟ ਵਾਇਲੈਂਸ ਜਿਹੜਾ ਇਸ ਚੋਣ ਨੂੰ ਸਿਰੇ ਚੜ੍ਹਾਉਣ, ਤਾਂ ਕਿ ਜਿਹੜੇ ਉਹ ਹਾਰ ਰਹੇ ਉਮੀਦਵਾਰ ਉਹ ਲੜਾਈ ਝਗੜਾ ਖੜ੍ਹਾ ਕਰਨਾ ਚਾਹੁੰਦੇ ਆ। ਅਤੇ ਇਹ ਸੇਵਾ ਸੰਭਾਲ ਦਾ ਕੰਮ ਆ, ਮੈਂ ਸਮਝਦਾ ਵੀ ਬੜੇ ਪਿਆਰ ਨਾਲ ਪੁਰਅਮਨ ਤਰੀਕੇ ਨਾਲ ਜਿਹਦੇ ਹੱਕ 'ਚ ਮੈਂਬਰ ਸਾਹਿਬਾਨ ਫਤਵਾ ਦਿੰਦੇ ਆ ਉਹ ਸੇਵਾ ਨਿਭਾਵੇ। ਝਿੰਡਾ ਸਾਹਿਬ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਉਹ ਮੇਰੇ ਕੋਲ ਆ ਕੇ ਇੱਥੇ ਗੁਰਦੁਆਰਾ ਸਾਹਿਬ ਤੋਂ ਪ੍ਰਧਾਨਗੀ ਲਿਜਾਂਦੇ ਰਹੇ, ਪਹਿਲਾਂ ਵੀ ਸਾਰੇ ਮੈਂਬਰਾਂ ਦਾ ਸਮਰਥਨ ਲਿਜਾਂਦੇ ਰਹੇ ਆ, ਪਰ ਹੁਣ ਝਿੰਡਾ ਸਾਹਿਬ ਨੂੰ ਪਤਾ ਨਹੀਂ ਜਦੋਂ ਦਾ ਉਹ ਬਾਦਲਾਂ ਦੇ ਸੰਪਰਕ 'ਚ ਆ ਗਏ ਆ ਉਦੋਂ ਦਾ ਉਹ ਇਸ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀ ਆ ਉਹ ਜਿੱਦਾਂ ਦਿਮਾਗੀ ਸੰਤੁਲਨ ਖਰਾਬ ਹੁੰਦਾ ਇਸ ਤਰ੍ਹਾਂ ਦੇ ਬਿਆਨ ਉਹ ਜਾਰੀ ਕਰੀ ਜਾਂਦੇ ਆ। ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਸੀ, ਉਹਨਾਂ ਹਰਿਆਣਾ ਕਮੇਟੀ ਲਈ ਕੰਮ ਕੀਤਾ, ਪਰ ਅੱਜ ਉਹ ਖੁਦ ਹੀ ਹਰਿਆਣਾ ਕਮੇਟੀ ਨੂੰ ਜਿਹੜਾ ਉਹ ਧੜਿਆਂ 'ਚ ਵੰਡਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ। ਹਰਿਆਣਾ ਕਮੇਟੀ ਦੇ ਅਧੀਨ ਇਸ ਸਮੇਂ ਕਿੰਨੇ ਗੁਰਦੁਆਰਿਆਂ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ, ਅਤੇ ਜਦੋਂ ਹਰਿਆਣਾ ਕਮੇਟੀ ਜਿਹੜੀ ਹੈਗੀ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਹੋ ਜਾਂਦੀ ਹੈ, ਕਾਨੂੰਨ ਕੋਰਟ ਦੇ ਵਿੱਚੋਂ ਫੈਸਲਾ ਆ ਜਾਂਦਾ, ਉਸ ਤੋਂ ਬਾਅਦ
ਕਿੰਨੇ ਗੁਰਦੁਆਰਾ ਸਾਹਿਬਾਨ ਜਿਹੜੇ ਹੈ ਉਹ ਹਰਿਆਣਾ ਕਮੇਟੀ ਦੇ ਅਧੀਨ ਹੋਣਗੇ ਅਤੇ ਕੀ ਬਜਟ ਹੋਵੇਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ? ਦੇਖੋ ਭਾਈ ਗੁਰਮੀਤ ਸਿੰਘ ਜੀ, ਜਿਹੜੇ 8 ਵੱਡੇ ਗੁਰਦੁਆਰੇ ਸੀਗੇ ਪਹਿਲਾਂ, ਉਹਨਾਂ 'ਚੋਂ ਇੱਕ ਗੁਰਦੁਆਰਾ ਸਾਹਿਬ ਗੁੱਲਾ ਜੀ ਕਾ ਆਇਆ। 7 ਜਿਹੜੇ ਵੱਡੇ ਗੁਰਦੁਆਰੇ ਅਜੇ ਵੀ SGPC ਦੇ ਪ੍ਰਬੰਧ 'ਚ ਆ। ਉਦੋਂ ਬਾਅਦ ਜਿਹੜੀ ਸਾਡੀ ਲਿਸਟ ਆ ਬਕਾਇਦਾ 17-1 ਆ, 25-1 ਨੇ ਗੁਰਦੁਆਰਾ ਸਾਹਿਬਾਨ। ਕਾਫੀ ਵੱਡੀ ਗਿਣਤੀ 'ਚ ਗੁਰਦੁਆਰੇ ਆ ਜਿਹੜੇ ਪੂਰੇ ਹਰਿਆਣੇ ਦੇ ਵਿੱਚ ਆ, ਜਿਹੜੇ ਹਰਿਆਣਾ ਕਮੇਟੀ ਦੇ ਅੰਡਰ ਆਉਣਗੇ ਜਿਸ ਵੇਲੇ ਸੁਪਰੀਮ ਕੋਰਟ 'ਚੋਂ ਫੈਸਲਾ ਹੱਕ ਜਾ ਜਾਂਦਾ। ਬਾਕੀ ਕਾਨੂੰਨੀ ਤੌਰ 'ਤੇ ਮਾਨਤਾ ਜਿਹੜੀ ਆ, ਵਿਧਾਨ ਸਭਾ ਨੇ ਤਾਂ ਬਿੱਲ ਪਾਸ ਕਰਕੇ ਦੇ ਦਿੱਤੀ ਹਰਿਆਣਾ ਸਰਕਾਰ ਨੇ, ਪਰ ਉਹਨੂੰ ਚੈਲੰਜ ਕੀਤਾ ਸੁਪਰੀਮ ਕੋਰਟ 'ਚ। ਇਸ ਕਰਕੇ ਸੁਪਰੀਮ ਕੋਰਟ ਨੇ ਵੀ ਸੰਵਿਧਾਨ ਦੇਖਣਾ, ਵਿਧਾਨ ਸਭਾ ਦਾ ਬਿੱਲ ਜਿਹੜਾ ਬਹੁਮਤ ਨਾਲ ਪਾਸ ਹੋਇਆ। ਇਸ ਕਰਕੇ ਸਾਨੂੰ ਪੂਰਾ 101% ਵਿਸ਼ਵਾਸ ਆ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਇਸ ਦੇ ਉਲਟ ਫੈਸਲਾ ਨਹੀਂ ਦੇ ਸਕਦੀ, ਕਿਉਂਕਿ ਵਿਧਾਨ ਸਭਾ ਬਿੱਲ ਪਾਸ ਕਰਦੇ ਆ, ਸੁਪਰੀਮ ਕੋਰਟ ਨੇ ਮੋਹਰ ਲਾਉਣੀ ਆ ਉਹਦੇ 'ਤੇ, ਨਾ ਕਿ ਇਸ ਦੇ ਵਿੱਚ ਕੋਈ ਰੁਕਾਵਟ ਖੜੀ ਕਰਨੀ। ਜਦੋਂ 1966 ਵਿੱਚ ਪੰਜਾਬ ਅਤੇ ਹਰਿਆਣਾ ਵੱਖਰੇ ਹੋਏ ਆ, ਪੰਜਾਬ ਸੂਬਾ ਬਣਿਆ, ਹਰਿਆਣਾ ਬਣਿਆ, ਤਾਂ ਉਸ ਵੇਲੇ ਲਿਖਿਆ ਗਿਆ ਸੀ ਕਿ ਹਰਿਆਣੇ ਦੇ ਗੁਰਦੁਆਰਿਆਂ ਦੀ ਵੱਖਰੀ ਕਮੇਟੀ ਬਣ ਸਕਦੀ ਆ। ਉਸੇ ਦੇ ਆਧਾਰ 'ਤੇ ਹੀ ਇਹ ਵੱਖਰੀ ਕਮੇਟੀ ਬਣੀ ਆ। ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਜਾਂ ਤਾਂ ਆਲ ਇੰਡੀਆ ਐਕਟ ਹੋਵੇ ਪੂਰੇ ਸੰਸਾਰ ਦਾ, ਆਪਣਾ ਪੂਰੇ ਭਾਰਤ ਦਾ ਜਿਹੜਾ ਹੈਗਾ ਆਲ ਇੰਡੀਆ ਐਕਟ, ਸਾਰੇ ਗੁਰਦੁਆਰੇ ਇੱਕ ਕਮੇਟੀ ਦੇ ਅੰਡਰ ਹੋਣ, ਅਤੇ ਜੇਕਰ ਨਹੀਂ, ਸ਼੍ਰੋਮਣੀ ਕਮੇਟੀ ਪੰਜਾਬ 'ਚ ਕੰਮ ਕਰ ਰਹੀ ਆ, ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦਾ ਬੋਰਡ ਮਹਾਰਾਸ਼ਟਰ 'ਚ ਕੰਮ ਕਰਦਾ, ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਬੋਰਡ ਉੱਥੇ ਕੰਮ ਕਰਦਾ, ਦਿੱਲੀ ਕਮੇਟੀ ਦਿੱਲੀ 'ਚ ਕੰਮ ਕਰਦੀ ਆ, ਅਤੇ ਇਸੇ ਤਰ੍ਹਾਂ ਹਰਿਆਣੇ ਦੇ ਸਿੱਖਾਂ ਨੂੰ ਵੀ ਪੂਰਾ ਹੱਕ ਆ ਕਿ ਉਹ ਹਰਿਆਣੇ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਹਰਿਆਣੇ ਦੇ ਸਿੱਖਾਂ ਨੂੰ ਕਰਨ ਦਾ ਹੱਕ ਹੋਵੇ। ਹਰਿਆਣੇ ਦੇ ਸਿੱਖਾਂ 'ਚ ਕੋਈ ਕਮੀ ਆ ਵੀ ਇਹ ਕਰ ਨਹੀਂ ਸਕਦੇ? ਇਹਨਾਂ ਨੂੰ ਪੂਰਾ ਪੂਰਾ ਹੱਕ ਆ। ਪਰ ਜਿਨ੍ਹਾਂ ਨੇ ਇਹ ਝੰਡਾ ਚੱਕਿਆ ਸੀ, ਸੰਘਰਸ਼ ਕੀਤਾ, ਮੈਂ ਸਮਝਦਾ ਉਹੀ ਨਾਕਾਮ ਹੋ ਗਏ ਆ। ਉਹਨਾਂ ਤੋਂ ਹੀ ਸੰਗਤ ਜਿਹੜੀ ਆ ਉਹ ਨਿਰਾਸ਼ ਹੋ ਗਈ ਆ ਕਿ ਉਹ ਉਸ ਤਰ੍ਹਾਂ ਦਾ ਵਰਕ ਨਹੀਂ ਕਰ ਰਹੇ, ਅਤੇ ਦੁਬਾਰਾ ਹੁਣ ਸੰਗਤਾਂ 'ਚ ਉਤਸ਼ਾਹ ਆਇਆ। ਜਦੋਂ ਦਾ ਮੈਨੂੰ ਕਾਰਜਕਾਰੀ ਪ੍ਰਧਾਨ ਅਨਾਊਂਸ ਕੀਤਾ, ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ, ਮੈਨੂੰ ਪੂਰੇ ਹਰਿਆਣੇ 'ਚੋਂ ਫੋਨ ਆ ਰਹੇ ਆ, ਸੰਗਤਾਂ ਜਿਹੜੀਆਂ ਪ੍ਰੋਗਰਾਮ ਉਲੀਕਣ ਲਈ ਤਿਆਰ ਬੈਠੀਆਂ ਨੇ। ਗੁਰੂ ਕਿਰਪਾ ਕਰੇ, ਮਹਾਂਮਾਰੀਆਂ ਆਉਂਦੀਆਂ ਨੇ, ਚਲੇ ਜਾਂਦੀਆਂ ਨੇ, ਕਰੋਨਾ ਮਹਾਂਮਾਰੀ ਵੀ ਖਤਮ ਹੋ ਜਾਣੀ ਆ, ਉਸ ਤੋਂ ਬਾਅਦ ਅਸੀਂ ਵੱਡੀ ਪੱਧਰ 'ਤੇ ਜਿਹੜਾ ਹੈਗਾ ਉਹ ਸੰਗਤਾਂ ਦੀ ਮੰਗ 'ਤੇ ਸਾਰੇ ਥਾਵਾਂ 'ਤੇ ਪ੍ਰੋਗਰਾਮ ਜਿਹੜੇ ਉਹ ਉਲੀਕਾਂਗੇ। ਹਰਿਆਣਾ ਦੇ ਵਿੱਚ ਸਥਿਤ ਜਿੰਨੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਹੈ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੇਵਾਵਾਂ ਜਿੱਥੇ ਚੱਲ ਰਹੀਆਂ ਨੇ, ਜੇਕਰ ਉਹ ਗੁਰਦੁਆਰਾ ਸਾਹਿਬਾਨ ਜਿਹੜੇ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਜਾਂਦੇ ਹੈ, ਤਾਂ ਉਹਨਾਂ ਦੇ ਵਿੱਚ ਸੇਵਾਵਾਂ ਦੇ ਵਿੱਚ ਕੀ ਬਦਲਾਵ ਲਿਆਂਦਾ ਜਾਊਗਾ, ਅਤੇ ਜਿਹੜੇ ਹੋਰ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣੇ ਦੇ ਵਿੱਚ ਸਥਿਤ ਹੈ, ਭਾਵੇਂ ਉਹ ਵਿੱਦਿਅਕ ਅਦਾਰੇ ਆ ਭਾਵੇਂ ਕੋਈ ਹੋਰ ਹੈ, ਕੀ ਉਹ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰਨਗੇ? ਬਿਲਕੁਲ, ਸਾਰੇ ਜਿੰਨੇ ਕੋਈ ਟਰੱਸਟ ਨੇ, ਜਿੰਨੇ ਸਕੂਲ ਨੇ ਜਾਂ ਕੋਈ ਕਾਲਜ ਆ, ਉਹ ਵੀ ਸਾਰੇ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਆਉਣਗੇ ਜਦੋਂ ਹਰਿਆਣਾ ਕਮੇਟੀ ਇੰਡੀਪੈਂਡੈਂਟ ਸੁਪਰੀਮ ਕੋਰਟ 'ਚੋਂ ਫੈਸਲਾ ਹੱਕ 'ਚ ਆ ਜਾਂਦਾ। ਵੱਡੇ ਗੁਰਦੁਆਰੇ ਨੇ, ਜਿਹੜਾ ਹੈੱਡਕੁਆਟਰ ਆ ਸੰਵਿਧਾਨ ਅਨੁਸਾਰ, ਤਾਂ ਉਹ ਗੁਰਦੁਆਰਾ ਸਾਹਿਬ ਪਾਤਸ਼ਾਹ ਜੀ 6ਵੇਂ ਕੁਰਕਸ਼ੇਤਰ ਦੇ ਵਿੱਚ ਆ, ਉਹ ਗੁਰਦੁਆਰਾ 9ਵੀਂ ਪਾਤਸ਼ਾਹੀ ਧਮਧਾਨ ਸਾਹਿਬ ਆ, ਜੀਂਦ ਸ਼ਹਿਰ ਦੇ ਵਿੱਚ ਆ ਗੁਰਦੁਆਰਾ ਸਾਹਿਬ। ਔਰ ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਆ ਪੰਜੋਖਰਾ ਸਾਹਿਬ, 8ਵੇਂ ਪਾਤਸ਼ਾਹ ਜਿੱਥੇ ਗੂੰਗੇ ਤੋਂ ਗੀਤਾ ਦੇ ਅਰਥ ਕਰਾਏ ਸੀ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਜਿਹੜਾ ਹੈ, ਇਹ ਗੁਰਦੁਆਰਾ ਸਾਹਿਬਾਨ ਵੱਡੇ ਗੁਰਦੁਆਰੇ ਆ ਜਿਨ੍ਹਾਂ ਦਾ ਬਹੁਤ ਵੱਡਾ ਬਜਟ ਆ। ਅਤੇ ਜੇ ਇਹ ਸਾਰਾ ਬਜਟ ਹਰਿਆਣਾ ਕਮੇਟੀ ਦੇ ਕੋਲ ਆਉਂਦਾ, ਤਾਂ ਮੈਂ ਸਮਝਦਾ ਹਰਿਆਣੇ ਦੇ ਸਿੱਖਾਂ ਦੀ ਕਾਇਆ ਕਲਪ ਹੋ ਜਾਂਦੀ। ਬਦਲਾਵ ਇਹ ਆਊਗਾ ਕਿ ਉਹਨਾਂ ਨੇ ਵੀ ਪ੍ਰਚਾਰ ਨਹੀਂ ਸੀ ਕੀਤਾ ਪਹਿਲਾਂ SGPC ਨੇ, ਹੁਣ ਅਸੀਂ ਪ੍ਰਚਾਰ ਦਾ ਬੀੜਾ ਲੈ ਕੇ ਚੱਲਾਂਗੇ, ਪ੍ਰਚਾਰ ਦਾ ਮਿਸ਼ਨ ਲੈ ਕੇ ਚੱਲਾਂਗੇ ਹਰਿਆਣੇ 'ਚ। ਔਰ ਜਿਹੜੇ ਹਰਿਆਣੇ ਦੇ ਸਿੱਖ ਆ ਉਹਨਾਂ ਨੂੰ ਇਹਨਾਂ ਕਮੇਟੀ ਵਿੱਚ ਸੇਵਾ ਕਰਨ ਦਾ ਮੌਕਾ ਮਿਲੂਗਾ। ਜਿਹੜੇ ਹਰਿਆਣੇ ਦੇ ਸਾਡੇ ਸਿੱਖ ਪਰਿਵਾਰ ਆ, ਉਹਨਾਂ ਨੂੰ ਹਰਿਆਣੇ ਦੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹਨਾਂ ਗੁਰੂ ਘਰਾਂ 'ਚ ਸੇਵਾ ਕਰਨ ਦਾ, ਪ੍ਰਬੰਧ ਕਰਨ ਦਾ, ਉਹਨਾਂ ਨੂੰ ਮੁਲਾਜ਼ਮ ਜਿਹੜਾ ਇੱਥੇ ਭਰਤੀ ਕੀਤਾ ਜਾਊਗਾ, ਜਿਹੜੀ ਵੱਡੀ ਬਦਲਾਅ ਦੀ ਗੱਲ ਆ। ਔਰ ਸੇਵਾ ਸੰਭਾਲ ਜਿਹੜੀ ਆ, ਮਰਿਆਦਾ ਜਿਹੜੀ ਆ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਮਰਪਿਤ ਹੋ ਕੇ ਜਿਹੜਾ ਇੱਥੋਂ ਦੀ ਸਾਰੀ ਚਲਾਈ ਜਾਊਗੀ। ਔਰ ਬਦਲਾਅ ਇਹੀ ਆ ਕਿ ਹਰਿਆਣੇ ਦੇ ਸਿੱਖ ਖੁਦ ਦੇਖਣਗੇ। 1 ਸਾਲ ਦਾ ਸਮਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ, ਜੇ 1 ਸਾਲ ਦੇ ਵਿੱਚ ਸਾਡੇ ਜਿਹੜੇ ਨਾਲ ਸਮਰਥਨ 'ਚ ਆਏ ਅਸੀਂ ਕੁਛ ਨਾ ਕਰ ਸਕੇ, ਤਾਂ ਅਸੀਂ ਪਹਿਲਾਂ ਅਸਤੀਫਾ ਲਿਖ ਕੇ ਦੇ ਦਿਆਂਗੇ ਸੰਗਤ ਨੂੰ ਵੀ ਜਿਹਨੂੰ ਮਰਜ਼ੀ ਸੇਵਾ ਸੌਂਪ ਦੇਣ। ਅਸੀਂ 1 ਸਾਲ ਦੇ ਵਿੱਚ ਇਹਨਾਂ ਨੂੰ ਪਿਛਲੇ 6 ਸਾਲਾਂ ਨਾਲੋਂ ਕਿਤੇ ਵੱਧ ਕੰਮ ਕਰਕੇ ਦਿਖਾਵਾਂਗੇ ਕਿ ਜਿਹੜਾ ਧਰਮ ਪ੍ਰਚਾਰ ਦਾ, ਅੰਮ੍ਰਿਤ ਸੰਚਾਰ ਦਾ ਜਿਹੜਾ ਹੋਇਆ ਹੀ ਨਹੀਂ, 6 ਸਾਲਾਂ 'ਚ 6 ਅੰਮ੍ਰਿਤ ਸੰਚਾਰ ਨਹੀਂ ਹੋਏ। ਪਰ ਸਾਡਾ ਟੀਚਾ ਕਿ ਅਸੀਂ 5 ਗੁਰੂ ਘਰਾਂ ਜਿਨ੍ਹਾਂ ਦਾ ਪ੍ਰਬੰਧ ਪਹਿਲਾਂ ਤਾਂ ਉੱਥੇ ਅੰਮ੍ਰਿਤ ਸੰਚਾਰ, ਕੀਰਤਨ ਦਰਬਾਰ, ਫਿਰ ਇਕੱਲੇ ਇਕੱਲੇ ਮੈਂਬਰ ਕੋਲ ਉਹਦੇ ਹਲਕੇ ਦੇ ਵਿੱਚ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਿਹੜਾ ਬਦਲਾਵ ਦੇਖਣ ਨੂੰ, ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ, ਡਰੱਗ ਤੋਂ ਰਹਿਤ, ਪਤਿਤ ਪੁਣੇ ਤੋਂ ਰਹਿਤ, ਅਪਖੰਡ ਦੇ ਡੇਰਿਆਂ ਤੋਂ, ਸਰਸੇ ਵਾਲੇ ਅਰਗਿਆਂ ਤੋਂ ਰਹਿਤ ਕਰਨਾ, ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ, ਗੁਰੂ ਘਰ ਦੇ ਨਾਲ ਜੋੜਨਾ, ਅਸੀਂ ਪਹਿਲਾਂ ਤੋਂ ਹੀ ਪ੍ਰਚਾਰ ਕਰ ਰਹੇ ਹਾਂ।
ਇਹਨੂੰ ਹੋਰ ਹਰਿਆਣਾ ਕਮੇਟੀ ਦੀ ਤਾਕਤ ਦੇ ਨਾਲ ਹੋਰ ਜਿਹੜਾ ਪ੍ਰਚੰਡ ਤਰੀਕੇ ਦੇ ਨਾਲ ਅਸੀਂ ਬਦਲਾ ਕਰਾਂਗੇ। ਜਥੇਦਾਰ ਜੀ, ਇਸ ਮਸਲੇ ਤੋਂ ਹਟ ਕੇ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਕਿ ਪਿਛਲੇ ਦਿਨੀ ਇੱਕ ਘਟਨਾ ਜਿਹੜੀ ਹੈਗੀ ਉਹ ਦੇਖਣ ਨੂੰ ਮਿਲੀ ਹੈ ਕਿ ਸੁੱਚਾ ਸਿੰਘ ਲੰਗਾਹ, ਜਿਨ੍ਹਾਂ ਨੂੰ ਕਿ ਪੰਥ ਦੇ ਵਿੱਚੋਂ ਸੇਕ ਦਿੱਤਾ ਗਿਆ ਸੀ, ਉਹਨਾਂ ਵੱਲੋਂ ਅੰਮ੍ਰਿਤਪਾਨ ਕੀਤਾ ਗਿਆ, ਉਸ ਮਾਮਲੇ 'ਤੇ ਤੁਹਾਡਾ ਕੀ ਕਹਿਣਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸੁੱਚਾ ਲੰਗਾਹ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਬਕਾ ਮਨਿਸਟਰ ਵੀ ਹੈ। ਜਦੋਂ ਉਹਨਾਂ ਦੀ ਸਰਕਾਰ ਸ਼ਾਇਦ ਉਹ ਖੇਤੀਬਾੜੀ ਮਨਿਸਟਰ ਵੀ ਰਿਹਾ, MLA ਰਿਹਾ, ਸ਼੍ਰੋਮਣੀ ਕਮੇਟੀ ਮੈਂਬਰ ਵੀ ਰਿਹਾ, ਔਰ ਉਸਨੇ ਜਿਹੜਾ ਕੁਕਰਮ ਕੀਤਾ ਉਹਦੀ ਵੀਡੀਓ ਵਾਇਰਲ ਹੋਈ ਸੀ, ਉਹਦੇ 'ਤੇ ਪਰਚਾ ਦਰਜ ਹੋਇਆ, ਉਹਦੀ ਗ੍ਰਿਫਤਾਰੀ ਹੋਈ, ਜੇਲ੍ਹ ਗਿਆ। ਪਰ ਜਿਹੜੀ ਕੰਪਲੇਂਟਰ ਬੀਬੀ ਸੀ ਉਹ ਪਤਾ ਨਹੀਂ ਕਿਸ ਦਬਾਅ 'ਚ ਆਈ, ਲਾਲਚ 'ਚ ਆਈ, ਕੀ ਸਮਝੌਤਾ ਹੋਇਆ, ਉਹਨੇ ਕੰਪਲੇਂਟ ਜਿਹੜੀ ਕਰਨ ਵਾਲੀ ਸੀ ਉਹ ਸੁੱਚੇ ਲੰਗਾਹ ਦੇ ਹੱਕ 'ਚ ਭੁਗਤ ਗਈ, ਜਿਸ ਕਰਕੇ ਦੁਨਿਆਵੀ ਕੋਰਟ ਨੇ ਉਹਨੂੰ ਬਰੀ ਕਰ ਦਿੱਤਾ। ਪਰ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ, ਅਸੀਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੋ ਕੇ ਉਹਨੂੰ ਸਿੱਖ ਪੰਥ 'ਚੋਂ ਖਾਰਜ ਕਰ ਦਿੱਤਾ ਸੀਗਾ, ਔਰ ਸਾਡੇ ਤੋਂ ਬਾਅਦ SGPC ਦੇ ਥਾਪੇ ਜਥੇਦਾਰਾਂ ਨੇ ਵੀ ਉਸ ਨੂੰ ਪੰਥ 'ਚੋਂ ਖਾਰਜ ਕਰ ਦਿੱਤਾ ਸੀ ਵੀ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ, ਇਹਨੇ ਬਹੁਤ ਵੱਡਾ ਕੁਕਰਮ ਕੀਤਾ ਵਾ। ਵੀਡੀਓ ਵਾਇਰਲ ਹੋਈ ਸੀ। ਅਕਾਲੀ ਦਲ ਨੇ ਵੀ ਨਮੋਸ਼ੀ ਦੇ ਵਿੱਚ ਨਮੋਸ਼ੀ ਝੱਲਦੇ ਆਪਣੀ ਬਦਨਾਮੀ ਦੇ ਡਰੋਂ, ਕਿਉਂਕਿ ਅਕਾਲੀ ਦਲ ਨੂੰ ਇੱਦਾਂ ਦੀਆਂ ਫਿਲਮਾਂ ਕਰਕੇ ਲੋਕ ਨੀਲੀਆਂ ਫਿਲਮਾਂ ਵਾਲੀ ਪਾਰਟੀ ਵੀ ਕਹਿਣ ਲੱਗ ਗਏ ਸੀਗੇ, ਤਾਂ ਉਹਨਾਂ ਨੇ ਵੀ ਆਪਣੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਉਹਨੂੰ ਖਾਰਜ ਕਰ ਦਿੱਤਾ ਸੀ, ਸੁੱਚੇ ਲੰਗਾਹ ਨੂੰ। ਪਰ ਹੁਣ ਉਹਨੇ ਇੱਕ ਡਰਾਮਾ ਕੀਤਾ ਕਿ ਗੁਰਦੁਆਰਾ ਗੁਰਦਾਸ ਨੰਗਲ ਦੀ ਗੜੀ ਗੁਰਦਾਸਪੁਰ, ਜਿੱਥੇ ਉਹਦਾ ਹੈੱਡਕੁਆਟਰ ਦਫ਼ਤਰ ਬਣਾਇਆ ਸਿਆਸੀ ਸਰਗਰਮੀਆਂ ਦਾ, ਉਹ ਗੁਰਦੁਆਰਾ SGPC ਦੇ ਪ੍ਰਬੰਧ 'ਚ ਆ, ਪਰ ਉਹ ਸੁੱਚੇ ਲੰਗਾਹ ਦੀਆਂ ਸਰਗਰਮੀਆਂ ਦਾ ਕੇਂਦਰ ਆ। ਇਲਾਕੇ ਦੇ ਸਿੰਘ ਦੱਸਦੇ ਕਿ ਉਹਦਾ ਦਫ਼ਤਰ ਇਹੋ ਜਿਹੇ ਕੁਕਰਮਾਂ ਦਾ ਅੱਡਾ ਹੀ ਆ, ਉਹਦਾ ਉਹਨੇ ਮਾੜੇ ਕਰਮ ਸਾਰੇ ਉੱਥੇ ਕਰਦਾ। ਉਸ ਜਗ੍ਹਾ 'ਤੇ ਉਹਨੇ ਇੱਕ ਨਿਹੰਗ ਸਿੰਘ ਤਰਸੇਮ ਸਿੰਘ, ਉਹਦੇ ਸਾਥੀਆਂ ਨੇ ਪੰਜਾਂ ਸਿੰਘਾਂ ਸ਼ਾਮਿਲ ਹੋ ਕੇ ਉਹਨੂੰ ਅੰਮ੍ਰਿਤ ਛਕਾਉਣ ਦੀ ਗੱਲ 'ਤੇ ਪੰਥ 'ਚ ਸ਼ਾਮਿਲ ਕਰਨ ਦੀ ਗੱਲ ਕੀਤੀ। ਇਹਨੂੰ ਪੰਥ ਬਰਦਾਸ਼ਤ ਨਹੀਂ ਕਰੂਗਾ, ਨਾ ਹੀ ਇਸ ਚੀਜ਼ ਦੇ ਨਾਲ ਉਹ ਸ਼ਾਮਿਲ ਹੋ ਸਕਦਾ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਪੰਥ 'ਚੋਂ ਖਾਰਜ ਕੀਤਾ, ਉਹਨੂੰ ਕੋਈ ਵੀ ਪੰਜ ਖੜ੍ਹੇ ਹੋ ਕੇ ਉਹਨੂੰ ਪੰਥ 'ਚ ਸ਼ਾਮਿਲ ਨਹੀਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਇਆ, ਸਿਧਾਂਤ ਨੂੰ ਚੈਲੰਜ ਕੀਤਾ ਗਿਆ। ਤਾਂ ਹੀ ਮੈਂ ਕੱਲ੍ਹ ਹੀ ਇਸ ਚੀਜ਼ ਦੇ ਉੱਤੇ ਜਿਹੜਾ ਸੀ ਆਪਣੀ ਸਟੇਟਮੈਂਟ ਦਿੱਤੀ ਸੀਗੀ, ਤਾਂ ਸਰਬੱਤ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਨੂੰ ਵੀ ਇਹ 'ਤੇ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਉਹ ਪੰਥ 'ਚੋਂ ਖਾਰਜ ਜਿਹੜਾ ਬੰਦਾ ਉਹਦਾ ਸਾਥ ਕਿਹਨਾਂ ਨੇ ਦਿੱਤਾ? ਪਰ ਗਿਆਨੀ ਹਰਪ੍ਰੀਤ ਸਿੰਘ ਨੇ ਡਿਊਟੀ ਨਿਭਾਈ ਆ, ਭਾਈ ਲਖਵਿੰਦਰ ਸਿੰਘ ਜਿਹੜੇ ਉਸ ਇਲਾਕੇ ਦੇ ਸਿੰਘ ਆ, ਉਹ ਸੰਗਤਾਂ ਸਮੇਤ ਆਏ ਅਤੇ ਉਹਨਾਂ ਨੇ ਆ ਕੇ ਜਿਹੜਾ ਸੀ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਮੋਰੈਂਡਮ ਦਿੱਤਾ। ਤਾਂ ਗਿਆਨੀ ਹਰਪ੍ਰੀਤ, SGPC ਨੇ ਵੀ ਆਪਣੇ ਮੁਲਾਜ਼ਮਾਂ ਨੂੰ, ਜਿਹੜੇ ਛੋਟੇ ਮੁਲਾਜ਼ਮ ਉੱਥੇ ਗ੍ਰੰਥੀ ਸੀ ਜਾਂ ਹੋਰ ਸੀ, ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਪਰ ਉਹ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਸੀ, ਸੰਗਤਾਂ ਦਾ ਰੋਹ ਠੰਡਾ ਨਹੀਂ ਹੋਇਆ, ਕਿਉਂਕਿ ਉਸ ਵੇਲੇ ਉੱਥੇ ਗੁਰਿੰਦਰਪਾਲ ਸਿੰਘ ਗੋਰਾ ਜਿਹੜਾ ਕਾਦੀਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਆ, ਰਤਨ ਸਿੰਘ ਜੱਫਰਵਾਲ ਜਿਹੜਾ ਧਰਮ ਪ੍ਰਚਾਰ ਕਮੇਟੀ ਮੈਂਬਰ ਆ, ਜਿਹਦੀ ਘਰਵਾਲੀ ਸ਼੍ਰੋਮਣੀ ਕਮੇਟੀ ਮੈਂਬਰ ਆ, ਗੁਰਦੁਆਰਾ ਬਾਠ ਸਾਹਿਬ ਜਿਹੜਾ ਉਹਦਾ ਮੈਨੇਜਰ, ਜਿਹੜਾ SGPC ਦੇ ਅੰਦਰ ਗੁਰਦੁਆਰਾ, ਔਰ ਗੁਰਦੁਆਰਾ ਗੁਰਦਾਸ ਨੰਗਲ ਦੀ ਗੜੀ ਦਾ ਮੈਨੇਜਰ, ਉਹ ਵੀ ਹਾਜ਼ਰ ਸੀ। ਉਹਨਾਂ ਸਾਰਿਆਂ ਨੂੰ ਵੀ ਇਸ ਜਿਹੜਾ ਹੈਗਾ, ਜਿਹੜਾ ਕੋਈ ਅਕਾਲ ਤਖਤ ਦੇ ਹੁਕਮਨਾਮੇ ਦੀ ਲੰਘਣਾ ਕਰਦਾ ਉਹ ਵੀ ਬਰਾਬਰ ਦਾ ਦੋਸ਼ੀ ਆ। ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਉਹ ਮੈਂਬਰਾਂ ਨੂੰ, ਜਿਹੜਾ ਇੱਕ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਆ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਗੋਰਾ ਕਾਦੀਆਂ ਦਾ, ਉਸ ਨੂੰ ਵੀ ਜਿਹੜਾ ਤਨਖਾਹੀਆ ਕਰਾਰ ਦੇ ਦਿੱਤਾ ਅਤੇ ਬਾਕੀਆਂ 'ਤੇ ਕਾਰਵਾਈ ਕਰਨ ਵਾਸਤੇ SGPC ਨੂੰ ਲਿਖ ਦਿੱਤਾ। ਮੈਂ ਕਹਿਣਾ ਚਾਹੁੰਦਾ ਵੀ ਹੁਣ ਸਖ਼ਤ ਕਾਰਵਾਈ ਹੋਣੀ ਚਾਹੀਦੀ। ਗਿਆਨਾ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਸ਼ਲਾਘਾ ਕਰਦੇ ਹਾਂ, ਚੰਗੇ ਕੰਮ ਦੀ ਸ਼ਲਾਘਾ ਕਰਨੀ ਚਾਹੀਦੀ ਕੋਈ ਵੀ ਕਰੇ, ਔਰ ਜਿਹੜੇ ਮੈਂਬਰਾਂ ਨੇ ਸਾਥ ਦਿੱਤਾ, ਬੰਦਿਆਂ ਨੇ ਸਾਥ ਦਿੱਤਾ, ਉਹ ਵੀ ਬਰਾਬਰ ਦੇ ਤਨਖਾਹੀ ਹੈ ਜਿਨ੍ਹਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦਿੱਤੀ ਆ। ਸੋ ਇਸ ਕਰਕੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਰਨੀ ਚਾਹੀਦੀ ਆ, ਔਰ ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ, ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋਏ ਆ ਉਹਨਾਂ 'ਤੇ ਕਾਰਵਾਈ ਕਰਨ, ਅਤੇ ਪੰਥ ਸੁਚੇਤ ਰਹੇ। ਸੁੱਚਾ ਲੰਗਾਹ ਜਿਹੜਾ ਅੱਜ ਵੀ ਉਹ ਪੰਥ 'ਚੋਂ ਖਾਰਜ ਆ, ਉਹਨੂੰ ਇਸ ਤਰੀਕੇ ਨਾਲ ਪੰਥ 'ਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਜਿਨ੍ਹਾਂ ਨੇ ਸਮਾਂ ਕੱਢਿਆ ਅਤੇ ਸਿੱਖਇਜ਼ਮ TV ਦੇ ਖਾਸ ਪੇਸ਼ਕਸ਼ ਪ੍ਰੋਗਰਾਮ ਸਿੱਧੀ ਗੱਲਬਾਤ ਦੇ ਵਿੱਚ ਆਪਣੇ ਕੀਮਤੀ ਵਿਚਾਰ ਰੱਖੇ ਹਨ। ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਦੇਖਦੇ ਰਹੋ ਸਿੱਖਇਜ਼ਮ TV।